स्वागत है किसान वीरो तुहाडा सिदक डेयरी फार्मिंग दे विच। किसान वीरो अज एक वीडियो तुहानूं दिखाउणे आ पिंड माछीके तहसील इस पिंड नूं जिहड़ी पैंदी आ उह निहाल सिंह वाला जिला मोगा मोगे तो बरनाला मेन रोड जिहड़ा नैशनल हाईवे है उहदे उत्ते दोस्तों इह पिंड आउंदा माछीके पिंड चों वीडियो बना रहे हैं। जिहड़े घर चों वीडियो बना रहे हैं पहलां वी दोस्तों वीडियो इस वीर कोलों बणाईआं व्यापार का काम है गावां आउंदियां रूटीन दे विच अज भी तुहानूं बहुत सोहणियां गावां दिखाऊंगा। रेट हालांकि पुछने बाकी है वीडियो च कल्ले कल्ले पशु का रेट करांगे पर वीर दसदा सी वी बस लैण देण वाला रेट जिहड़ा उही रखना वाजब जिहा रेट ही इन्हां गावां दा रखना। शुरुआत आपां कर लांगे दोस्तों इस साइड तों लास्ट उत्ते तुहानूं इक गां दिखाउणी है जिहड़ी सामने खड़ी तुसीं देख रहे हो बहुत वड्डी चंगे दुध वाली गां तोकड़ गब्बण है ਇਹਦੇ ਬਾਰੇ ਵੀ ਆਪਾਂ ਡਿਟੇਲ ਪੁੱਛਾਂਗੇ ਤੁਹਾਨੂੰ ਵਿਖਾਉਣੀ ਹੈ ਬਿਲਕੁਲ ਲਾਸਟ ਦੇ ਵਿੱਚ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰੇ। ਨਾਮ ਦੱਸ ਦੀ ਬਾਈ? ਨਾਮ ਵੀਰੇ ਜੱਗਾ। ਠੀਕ ਹੈ ਜੱਗੇ, ਅੱਜ 6 ਨਾਗ ਬਾਹਰ ਖੜੇ ਤੇ ਇੱਕ ਗਾਂ ਅੰਦਰ ਖੜੀ ਹੈ। ਹਾਂ ਹਾਂ ਵੀਰੇ, 6 ਨਾਗ ਆਪਣੇ ਵਿਕਰੀ ਵਾਲੇ ਲਿਆਂਦੇ ਹੋਏ ਆ, ਖਰੀਦੇ ਹੋਏ ਆ। ਠੀਕ ਹੈ, ਉਹ ਆਪਣੇ ਘਰ ਦੀ ਵੜਾ ਜੇ ਕਿਸੇ ਨੂੰ ਪਸੰਦ ਆਈ ਚੱਲ ਵਿੱਚ ਅੱਜ ਵੀਡੀਓ ਪਵਾ ਦੇਾਂਗੇ ਫਿਰ ਉਹ ਵੇਚ ਦੇਾਂਗੇ ਨਹੀਂ ਫਿਰ ਉਹ ਰੱਖੀ ਵੀ ਨਹੀਂ ਰੱਖੀ ਵੀ ਆ। ਠੀਕ ਹੈ, ਜਿਹੜੀ ਪਹਿਲੇ ਨੰਬਰ ਤੇ ਗਾਂ ਬਾਈ ਕਿੰਨਵਾਂ ਸੂਆ ਸੁਣਦੀ? ਇਹ ਵੀਰੇ ਪਹਿਲੇ ਸੂਏ ਆ ਤੇ ਹਜੇ 4 ਦੰਦ ਹੋਈ ਆ। ਤਿਆਰ ਬਹੁਤ ਸੋਹਣੀ ਹੈ। ਇਹਦੇ ਸਿੰਘ ਹੈਗੇ ਛੋਟੇ ਛੋਟੇ ਅਗਲੇ ਪਾਸੇ ਨੂੰ ਗਏ ਵੇ ਸਿੰਘ ਹੈ ਹਵਾਨਾ ਤੁਸੀਂ ਦੇਖੋਗੇ ਹਜੇ ਬਣਾਉਣਾ ਇਹਨੇ ਹਫਤਾ ਲੈਂਦੀ ਆ ਹੁਣ ਵੀ ਹਵਾਨਾ ਤਕੜਾ ਦਿਸਦਾ ਸੋ ਤੁਰਦੀ ਤੋਂ ਦੇਖ ਸਕਦੇ ਹੋ ਦਰਮਿਆਨੇ ਕੱਦ ਕਾਠਦੀ ਹੈ ਗਾਂ ਪਹਿਲਾ ਸੂਆ ਸੂਣੀ ਹੈ ਤੇ ਚੌਕ ਵਾਲੇ ਦੰਦ ਜਿਹੜੇ ਉਹ ਚੱਕ ਰਹੀ ਹੈ ਜਿਹਨੂੰ ਪਸੰਦ ਆਵੇ ਤਾਂ ਤੁਸੀਂ ਕਾਲ ਬਾਈ ਨੂੰ ਕਰ ਸਕਦੇ ਹੋ ਹਵਾਨਾ ਦੋਸਤੋ ਇੱਥੋਂ ਹੁਣ ਤੁਸੀਂ ਤੁਰਦੀ ਗਾਂ ਦਾ ਵੀ ਦੇਖ ਸਕਦੇ ਹੋ ਬਹੁਤ ਸੋਹਣਾ ਦਿਖਾਉਂਦੀ ਹੈ ਠੰਡੀ ਸੀਲ ਵੀ ਹੈ ਦੁੱਧ ਚੰਗਾ ਪਾਊਗੀ ਪਹਿਲੇ ਸੂਏ ਦੇ ਵਿੱਚ ਹੀ ਬਰੀਡ ਵਾਈਜ਼ ਵੀ ਚੰਗੀ ਦਿਸਦੀ ਹੈ 45,000 ਇਹਦਾ ਜਿਹੜਾ ਉਹ ਰੇਟ ਵੀਰ ਨੇ ਕੀਤਾ ਸੋਹਣੀ ਗਾਂ ਚੰਗੇ ਦੁੱਧ ਵਾਲੀ ਹੈ ਇਹਦੂ ਬਾਅਦ ਇੱਕ ਹੋਰ ਗਾਂ ਬਾਈ ਕੋਲ 2 ਨੰਬਰ ਤੇ ਜਾ ਕੇ ਇਹ ਕਿੰਨ ਮਹਿਸੂਸ ਹੁੰਦੀ ਹੈ ਦੂਜੇ ਸੂਏ ਆ ਪਹਿਲੇ ਸੂਏ ਨੇ 26 ਕਿਲੋ ਦੁੱਧ ਦਿੱਤਾ ਠੀਕ ਹੈ ਤੇ ਆਪਣੇ ਇਹ ਪਿੰਡੋ ਹੀ ਬਾਹਰ ਖਰੀਦੀ ਹੈ ਮੈਂ ਠੀਕ ਹੈ ਕਿੰਨੇ ਦਿਨ ਲਊਗੀ ਇਹ ਰੇਟ ਆ ਹਵਾਨਾ ਅੱਜ ਵੀ ਚੰਗਾ ਪਰ ਦਿਨ ਹਜੇ ਵੀ ਲੈਂਦੀ ਹੈ ਦਰਮਿਆਨੇ ਕੱਦ ਦੀ ਹੈ ਬਾਹਲਾ ਵੱਡਾ ਕੱਦ ਨੀ ਪਰ ਹਵਾਨਾ ਬਹੁਤ ਸੋਹਣਾ ਦਿਸਦਾ ਥਣ ਦਾ ਸਹਿਜ ਇਹਦਾ ਹੱਥੀ ਚਵਾਈ ਵਾਲਾ ਸੋਹਣਾ ਥਣ 26 ਕਿਲੋ ਦੁੱਧ ਵੀਰ ਕਹਿੰਦਾ ਪਹਿਲਾਂ ਨੇ ਦਿੱਤਾ ਐਤਕੀ ਕੀ ਦੂਜਾ ਸੂਆ ਤਿਆਰੀ ਕਰ ਰਹੀ ਹੈ ਸੂਨ ਦੇ ਵਿੱਚ ਹਵਾਨਾ ਚੰਗਾ ਦਿਖਾ ਰਹੀ ਹੈ ਬਾਕੀ ਥਣ ਦਾ ਸਹਿਜ ਇੱਥੋਂ ਤੁਸੀਂ ਦੇਖ ਸਕਦੇ ਹੋ ਇਹਦਾ ਰੇਟ 65,000 ਹੈ ਇਹਦੂ ਬਾਅਦ ਚ ਇੱਕ ਹੋਰ ਗਾਂ ਚੰਗੇ ਕੱਦ ਕਾਠ ਦੀ ਦਿਸਦੀ ਹੈ ਜਗੇ ਕਿੰਨਵਾਂ ਸੂਆ ਬਾਈ ਠੀਕ ਹੈ ਅੱਛਾ ਇਹ ਕਿੰਨੇ ਕੁ ਦਿਨ ਲਊ ਸੂਨ ਚ ਰੇਟ ਇਹਦਾ ਕੀ ਰੱਖੇਗਾ ਰੇਟ ਇਹਦਾ ਜਮਾ ਫਿਕਸ ਰੇਟ ਹੀ 56,000 ਰੁਪਈਆ ਦਾ ਠੀਕ ਹੈ 56,000 ਦੂਜਾ ਸੂਆ 10 ਦਿਨ ਲੈਂਦੀ ਹੈ ਸੂਨ ਚ ਥਾਣ ਇਹਦੇ ਵੀ ਸੋਹਣੇ ਆ ਕੱਦ ਚੰਗਾ ਬਰੀਕ ਚਮੜੀ ਦੀ ਹੈ ਲਿੱਸੀ ਥੋੜੀ ਜੀ ਹੈਗੀ ਆ ਪਰ ਕੱਦ ਕਾਠ ਚੰਗੇ ਵਾਲੀ ਵੇਲ ਚੰਗੇ ਵਾਲੀ ਹੈ ਬਾਕੀ ਥਣ ਦਾ ਸਹਿਜ ਇਹਦਾ ਵੀ ਹੱਥੀ ਚਵਾਈ ਵਾਲਾ ਠੀਕ ਹੈ 56,000 ਚ ਇਹ ਵੈੜ ਮਿਲੂਗੀ ਢਾਂਚਾ ਵੀ ਸੋਹਣਾ ਦੱਸੋ ਥੱਲੋਂ ਹਵਾਨਾ ਵੀ ਸੋਹਣਾ ਬਣਾਉਂਦੀ ਹੁੰਦੀ ਹਜੇ 10 ਦਿਨਾਂ ਦੀ ਕੱਚੀ ਚੰਗਾ ਹਵਾਨਾ ਬਣਾ ਕੇ ਸੂ ਥਣ ਇਹਦੇ ਤੁਹਾਨੂੰ ਮੈਂ ਦਿਖਾ ਦਿੰਦਾ ਵੈਸੇ ਪਹਿਲਾਂ ਦੂਰੋਂ ਵੀ ਦਿਸਦੇ ਸੀ ਥਣ ਹੱਥੀ ਚਵਾਈ ਵਾਲਾ ਸੋ ਇਹ 2 ਨੰਬਰ 3 ਨੰਬਰ ਤੇ ਸੀ 4 ਨੰਬਰ ਤੇ ਹੋਰ ਇੱਕ ਵੈੜ ਦੂਜਾ ਸੂਆ ਦਿਨ ਕਿੰਨੇ ਲੈਂਦੀ ਜਗ੍ਹਾ ਇਹ ਵੀਰੇ ਹਜੇ 10 ਦਿਨ ਬਾਕੀ ਹੈ ਇਹਦੇ ਵੈੜ ਦੇ ਠੀਕ ਹੈ ਤੇ ਮਾਲਕਾਂ ਨੇ ਇਹਦਾ ਦੁੱਧ ਦੱਸਿਆ ਵੀ 30 ਕਿਲੋ ਕੱਢਿਆ ਵਾ ਠੀਕ ਹੈ ਆਪਾਂ ਤਾਂ ਨਾ ਵਾਲਾ ਵੀ
आम बंदा ले जे है ना सताई अठाई तो आराम ना ही गड्डी जाऊगी अगले को। रेट की रखेंगे? रेट है फिक्स ही 65,000 रुपया का तोरी में। दोस्तों दूजा सूआ 27-28 किलो दुध की बाई कहता उम्मीद है, हालांकि थान दसदा दुध देने चंगा दिता होगा, हजे देन बहुत लेंदी है दोस्तों, तो चंगी तैयार होगी सोहने ढांचे की है। 65,000 फिक्स रेट है, 27-28 किलो दुध की उम्मीद बाई नू भी ये तो हैगी है। चंगे कद काठ की वैड है, सोहनी है, ब्रीड वाइज भी चंगी दिसदी है, ढांचा भी बहुत सोहना। थन का साइज थोनू नेड़े तो भी दिखा दूंगा, बहुत सोहना थन दोस्तों, मुड पूरा मोटा। हवाना हजे इन्हें बनाना ही शुरू किया, स्टार्टिंग है हवाने की, दिन हजे लेंदी है। थान इतों देख लो तुम, चंगा थान लगा, चंगे ढांचे की, चंगे वेल कद वाली ए वैड। चार नाग थोनू दिखाते हैं दोस्तों, एक दो बाद एक होर नाग इधर नाल ही खड़ा काले चिट्टे डब। जगे भाई क्या नवा सूआ? ਇਹ ਵੀਰ ਪਹਿਲਾ ਸੂਏ ਹਜੇ 20 ਦਿਨ ਦੀ ਕੱਚੀ ਆ, ਮੰਨ ਗਏ 15-20 ਦਿਨ ਤਾਂ ਆਰਾਮ ਨਹੀਂ। ਠੀਕ ਹੈ, ਤੇ ਦੁੱਧ ਦਾ ਤਾਂ ਹੁਣ ਇਹਦਾ ਇੱਥੇ ਰਿਕਾਰਡ ਦਾ ਪਤਾ ਲੱਗਣਾ ਵੀ 15 ਦਿਨ ਦੀ ਆ 16 ਦਿਨ ਦੀ ਆ, ਹਨਾ? ਠੀਕ ਹੈ, ਤੇ ਬਾਕੀ ਜਿਵੇਂ ਮਾਲਕਾਂ ਦੇ ਕਹਿਣ ਦੇ ਮੁਤਾਬਕ ਤਾਂ ਇਹਦੀ ਮਾਂ ਦਾ ਦੁੱਧ ਦਿੱਤਾ ਮੈਂ 25-26 ਕਿਲੋ। ਠੀਕ ਹੈ, ਹਾਂ ਰੇਟ ਇਹਦਾ ਕੀ ਰੱਖੇਗਾ? ਇਹਦਾ ਵੀਰ ਰੇਟ ਜਾਇਜ਼ 45,000 ਰੁਪਏ ਦੀ ਦੇਵਾਂਗੀ ਬਸ। 45,000? ਹਾਂ ਠੀਕ ਹੈ ਦੋਸਤੋ, 20 ਦਿਨਾਂ ਦੀ ਕੱਚੀ ਆ, ढांचे सोहने की है, संभी चंगी है, हवाना बनाउंदी हुंदी है, थान सोहने रखूगी। जिन्हों डब्बी गां घट पेमेंट कई बार इनवैसट करनी हुंदी है तो तुसी इहनू खरीद सकदे हो। सोहना ढांचा है, दुध 15-16 किलो की उम्मीद है, हवाना सोहना बनाउंदी हुंदी है, स्टार्टिंग चंगी दिसदी है, ढांचा भी बहुत सोहना है। तो पहलन वैड है दसो, ये हजे इन्हें पहला सूआ सोहना है। 45,000 च जैसनो ही है, जे कोई वीर पसंद करता है तो संपर्क बाई ना कर लो जी। हजे 20 दिन बाई दसदा भी यह ले जूगी सून दे विच, हवाना जो साइड नू जांदी उदों भी देख लो सोहना बनाउंदी आउंदी है, थण भी सोहने रखूगी। एक लास्ट ते थोनू चिट्टे रंग दी बहुत सोहनी वैड दिखाउणे आ, इहदे बारे जानकारी लैणी आ बाई। कहना सूआ सून इह वीरे पहले सूए वैड आ, ते चार दिन दी मूहों आ इह हजे। ठीक है, ते वैड मन के चलो एक 20 किलो पहले सूए दुध आराम नाल पा दूगी इह। ठीक है, दिन किन्ने लाऊगी? दिन फिर हफ्ता ही ले जूगी। रेट इहदा की रखेंगे? रेट इहदा फिर जैसनो जी बस 56,000 रुपया इहदा रेट आ। ठीक है, तोरी 56,000 दसो जिन्हों पसंद आवे जैसनो। वाइट कलर सारा ही, कला मूंह दे उत्ते जां कान्ना कोल काले डब्बे जिहड़े हैगे आ, बाकी सारी है चिट्टी वैड। सोहनी तैयार हुंदी आउंदी है, रंग रूप भी सोहना है इहदा, दरम्याने कद काठ दी थल्लों बहुत साफ सुथरी है। सो पहलन वच्छी है दोस्तों, दुध 20 किलो वांगू पहले सूई बाई नू उम्मीद है। 56,000 रेट है, रेट बिल्कुल जायज है, वाजब रेट। इन्हां दी ब्यूटी नू जे देखदे आ पशुआं दी, तो उस हिसाब से भी ब्रीड दे हिसाब से भी जे देखिए तो हाईएस्ट रेट इन्हां गावां चों 65,000 रहा। हवाने ते नाड़ां भी सोहणियां, ते थन दा साइज इत्थों तुसीं देख सकदे हो दोस्तों, पहले सूए वैड बहुत सोहना थन कढ रही है चार दंद दा मूंह दे विच्चों। सो ये छे नाग थोनू दिखाते, इन्हां तो बिना एक गां अंदर खड़ी है जिहड़ी तोकड़, उहदे बारे जानकारी बाई तो लैणी आ। जगे भाई जिहड़ी ये लास्ट उत्ते गां ਇਹ ਵੀਰ ਹੈ ਤਾਂ ਆਪਣੇ ਘਰੇ ਹੀ ਤਿਆਰ ਕੀਤੀ ਵੀ ਹੈ ਵੈੜ। ਠੀਕ ਹੈ, ਬੱਸੀ ਪਾਲੀ ਸੀ ਆਪਾਂ ਇਹ, ਇਹਦੇ ਥੱਲੇ ਹੁਣ ਦੁੱਧ ਤਾਂ 18-20 ਦੇ ਲੀਟਰ ਦਾ ਆਰਾਮ ਨਾਲ ਹੋਊਗਾ ਬਈ, ਅਗਲਾ ਭਾਵੇਂ ਦੋ ਡੰਗ ਚਵਾਈ ਕਰ ਲਿਆ ਆਪਣੇ ਘਰੇ ਆ। 18 ਲੀਟਰ ਬਾਹਰ ਹੋਊਗਾ, ਸਹੀ ਹੈ। ਹੁਣ ਇਹ ਥੋੜਾ ਜਿਹਾ ਜਿਵੇਂ ਕਹਿ ਦਈਏ ਉਪਰਾ ਜਿਹਾ ਮੰਨੀ ਜਾਂਦੀ ਹੈ ਕੋਲੇ ਬੰਦਿਆਂ ਤੋਂ। ਠੀਕ ਹੈ, ਤੇ ਵੈੜ ਨੂੰ ਇਹਨੂੰ ਅੱਜ 24-25 ਦਿਨ ਹੋ ਗਏ ਟੀਕਾ ਤਰ੍ਹਾਂ ਇਹਨੂੰ 24-25 ਦਿਨ ਹੋ ਗਏ। ਠੀਕ ਹੈ, ਤੇ 3 ਮਹੀਨੇ 3.5 ਮਹੀਨੇ ਦੀ ਸੂਈ ਵੀ ਹੈ ਵੀਰੇ ਸਾਰੀ। ਠੀਕ ਹੈ, ਹਾਂ आप समझना। दूजा सूआ दुध 18 किलो तो बाहर वीर कहिंदा इस टाइम हाजर है, बहुत सोहनी संभी भी चंगी सेहत वाली, चंगा हवाना दिखाउंदी है। वीडियो 2:52 ते मैं बना रहा, तो लगभग 3 बजे के आस पास की वीडियो। सारे हवाने ते नाड़ा बहुत चंगा, मिलकवेन दोनों साइड तो सोहनी आउंदी है, सोहनी सेहत संभाल वाली ये गां जिहड़ी वकाऊ आ। 50,000 रुपया रेट बाई ने किया बंदे बाई, जिन्हों जचे वह वीर कॉन्टैक्ट बाई नाल कर सकदा। दूजियां गावां थोनू दसो औसत रेंज वालियां दरम्यानी रेट के चंगा सोहनियां गावां थोनू दिखाईआं, उम्मीद है पसंद करोगे, तो जिन्हों जिहड़ा भी नाग चंगा लगता है आके तसली करके खरीद लो। धन्यवाद दोस्तों वीडियो देखने के लिए।